सर्वश्रेष्ठ पंजाबी फिल्म बागी दी थी। सर्वश्रेष्ठ पंजाबी फिल्म बागी दी थी प्रोड्यूसर जी नेक्स्ट मीडिया प्राइवेट लिमिटेड की ओर से श्री रविंद्र नारायण रजत कमल प्राप्त कर रहे हैं। ਇਹਨਾਂ ਨੂੰ ਮੇਰੇ ਤੇ ਵਿਸ਼ਵਾਸ ਸੀਗਾ ਤੇ ਮੈਨੂੰ ਇਹਨਾਂ ਤੇ ਵਿਸ਼ਵਾਸ ਸੀਗਾ ਕਿ ਜੋ ਵੀ ਹੈ ਜੋ ਵੀ ਕਰਾਂਗੇ ਆਪਾਂ ਉਹ ਅਲਟੀਮੇਟ ਰਿਜ਼ਲਟ ਡੈਫੀਨੇਟਲੀ ਸੁਪਨਾ ਜਿਹੜਾ ਦੇਖਿਆ ਸੀਗਾ ਉਹ ਇੱਥੇ ਪੂਰਾ ਹੋਊਗਾ ਔਰ ਉਹ ਹੋਇਆ। ਕੋਈ ਵੀ ਫਿਲਮ ਪੰਜਾਬੀ ਦੀ ਬਣਾਉਣ ਲਈ ਸਭ ਤੋਂ ਔਖਿਆਈ ਤੇ ਹੁੰਦੀ ਹੈ ਕਿ ਇਹਨੂੰ ਦੇਖਿਆ ਕੌਣ। ਪੰਜਾਬੀਆਂ ਨੂੰ ਸ਼ਾਇਦ ਪੰਜਾਬੀ ਸਿਨੇਮਾ ਵੇਖਣ ਤੇ ਸ਼ਰਮ ਆਉਂਦੀ ਹੈ, ਉਹ ਹਿੰਦੀ ਫਿਲਮ ਅੰਗਰੇਜ਼ੀ ਫਿਲਮ ਤਾਂ ਆਪਣੀ ਗੱਡੀਆਂ ਕੱਟ ਕੱਟ ਕੇ ਤੇ ਫੈਮਿਲੀ ਨਾਲ ਲੈ ਕੇ ਜਾਂਦੇ ਆ, ਪੰਜਾਬੀ ਫਿਲਮ ਦੇਖਣ ਨਹੀਂ ਜਾਂਦੇ। ਪੰਜਾਬੀ ਹੋ ਨਾ ਜੇ ਤੁਸੀਂ ਤੇ ਪੰਜਾਬੀ ਫਿਲਮ ਜ਼ਰੂਰ ਦੇਖੋ, ਪੰਜਾਬੀ ਸਿਨੇਮਾ ਨੂੰ ਹੱਲਾਸ਼ੇਰੀ ਦੋਗੇ ਭਾਵੇਂ ਚੰਗਾ ਹੈ ਮਾੜਾ ਹੈ ਇਹ ਚੰਗਾ ਕੰਮ ਕਰੂਗਾ। ਪੰਜਾਬੀ ਸਿਨੇਮਾ ਨੂੰ ਹਾਲੇ ਥੋੜਾ ਜਿਹਾ ਹੋਰ ਕੰਮ ਕਰਨ ਦੀ ਲੋੜ ਹੈਗੀ ਹੈ, ਜੇ ਉਹ ਖਰਚਾ ਕਰਨ ਜੇ ਥੋੜਾ ਜਿਹਾ ਅੱਗੇ ਆਣ, ਥੋੜਾ ਜਿਹਾ ਆਪਣਾ ਹੁੰਗਾਰਾ ਦੇਣ ਔਰ ਹੱਲਾਸ਼ੇਰੀ ਬਾਕੀਆਂ ਨੂੰ ਵੀ ਦੇਣ, ਹੁਣ ਨਵੇਂ ਟੈਲੈਂਟ ਨੂੰ ਇੱਕ ਅੱਛਾ ਸੈਂਸੀਬਲ ਸਿਨੇਮਾ ਜਿਹੜਾ ਹੈਗਾ ਹੈ ਜਿਹੜੀ ਦੀ ਲੋੜ ਹੈਗੀ ਹੈ ਪੰਜਾਬੀ ਸਿਨੇਮੇ ਦੇ ਵਿੱਚ ਉਹ ਅੱਗੇ ਆਏਗਾ। ਕਿ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਪੰਜਾਬ ਦੀ ਰੂਹ ਫਿਲਮਾਂ ਵਿੱਚ ਜੂੰਦੀ ਹੈ ਉਹ ਛੱਡ ਜਾਂਦੇ ਆਪਾਂ ਤੇ ਲੋਕ ਸਿਨੇਮਾ ਵੇਖਣਾ ਚਾਹੁੰਦੇ। ਪੰਜਾਬੀ ਫਿਲਮ ਬਾਗੀ ਦੀ ਧੀ ਨੂੰ ਅੱਜ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੇਰੇ ਨਾਲ ਪ੍ਰੋਡਿਊਸਰ ਤੇ ਡਾਇਰੈਕਟਰ ਦੋਵੇਂ ਮੌਜੂਦ ਨੇ। ਸਰ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਾਨੂੰ ਵੀ ਤੇ ਤੁਹਾਨੂੰ ਵੀ। ਇਹ ਐਕਚੁਅਲ ਮੁਬਾਰਕ ਦੇ ਹੱਕਦਾਰ ਹੈ ਪੰਜਾਬੀ ਦਰਸ਼ਕ ਜਿਹੜੇ ਟਾਈਮ ਕੱਢ ਕੇ ਸਿਨੇਮਾ ਘਰਾਂ 'ਚ ਪੰਜਾਬੀ ਦੀ ਫਿਲਮਾਂ ਵੇਖਣ ਜਾਂਦੇ ਨੇ ਅਤੇ ਅੱਜ ਸਭ ਲਈ ਬਹੁਤ ਹੀ ਫਖਰ ਵਾਲਾ ਦਿਨ ਹੈ ਕਿਉਂਕਿ ਅੱਜ ਸਵੈਮ ਰਾਸ਼ਟਰਪਤੀ ਜੀ ਨੇ ਬਾਗੀ ਦੀ ਬਾਰੇ ਮੈਂਸ਼ਨ ਕੀਤਾ ਆਪਣੀ ਸਪੀਚ 'ਚ, ਦੱਸਿਆ ਕਿ ਇਸ ਫਿਲਮ ਦੀ ਕੀ ਮਹੱਤਤਾ ਹੈ ਤੇ ਨਾਲੇ ਇਹ ਸਾਰੀ ਲੇਬਰ ਆਫ ਲਵ ਜਿਹੜੀ ਹੈ ਉਹ ਹੈ ਮੁਕੇਸ਼ ਜੀ ਦੀ। ਪੁੱਛੋ ਨਾ ਇਹ ਤੁਹਾਡੇ ਹੋ ਗਿਆ ਕਿ ਤੁਹਾਡੀ ਸਾਰੀ ਮਿਹਨਤ ਹੈ। ਨਹੀਂ, ਮਿਹਨਤ ਤਾਂ ਖੈਰ ਟੀਮ ਦੀ ਹੁੰਦੀ ਹੈ ਔਰ ਮੈਂ ਇਸ ਅਵਾਰਡ ਨੂੰ ਅਗਰ ਜੇ ਕਹਾਂ ਕਿ ਇਹ ਪੰਜਾਬੀ ਸਿਨੇਮਾ ਦਾ ਅਵਾਰਡ ਹੈ, ਇਹ ਅਸੀਂ ਤਾਂ ਇੱਕ ਐਫਰਟ ਕੀਤਾ ਹੈ ਰਲ ਕੇ, ਰਵਿੰਦਰ ਜੀ ਨੇ, ਪੀਟੀਸੀ ਨੇ, ਮੇਰੇ ਵੱਲੋਂ ਜੋ ਮੈਂ ਕਰ ਸਕਿਆ, ਲੇਕਿਨ ਅਲਟੀਮੇਟਲੀ ਜਿਹੜਾ ਅਵਾਰਡ ਹੈਗਾ ਪੰਜਾਬੀ ਸਿਨੇਮਾ ਦਾ ਹੈਗਾ ਔਰ ਪੰਜਾਬੀ ਸਿਨੇਮਾ ਨੂੰ ਵੀ ਇਹੋ ਜਿਹੇ ਅਵਾਰਡਸ ਲਈ ਇਸ ਤਰੀਕੇ ਦੀ ਫਿਲਮਾਂ ਲਈ ਕੰਮ ਡੈਫੀਨੇਟਲੀ ਕਰਨਾ ਚਾਹੀਦਾ ਹੈਗਾ ਤਾਂ ਕਿ ਇੱਕ ਜਿਹੜਾ ਇੱਕ ਨੈਸ਼ਨਲ ਲੈਵਲ ਦੇ ਉੱਤੇ ਨੈਸ਼ਨਲ ਫੇਮ ਜਿਹੜਾ ਹੈਗਾ ਜਿਸ ਤਰੀਕੇ ਨਾਲ ਜਿੱਥੇ ਸਾਰੇ ਪੂਰੇ ਮੁਲਕ ਦੀਆਂ ਫਿਲਮਾਂ ਇੱਥੇ ਨੂੰ ਸਨਮਾਨਿਤ ਬਣਨ ਦਾ ਸਨਮਾਨ ਦਿੱਤਾ ਗਿਆ ਹੈਗਾ ਤੇ ਉੱਥੇ ਖੜੇ ਹੋਣਾ ਜਿਹੜਾ ਹੈਗਾ ਪੰਜਾਬੀ ਸਿਨੇਮੇ ਦਾ ਬਹੁਤ ਜ਼ਰੂਰੀ ਹੈ। ਪ੍ਰੋਡਿਊਸਰ ਤੇ ਡਾਇਰੈਕਟਰ ਦੇ ਨਾ ਬੜੇ ਕਨਫਲਿਕਟ ਰਹਿੰਦੇ ਆ ਆਪਸ, ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਆ ਨਹੀਂ ਕਰਨਾ ਆ ਨਹੀਂ ਕਰਨਾ, ਇਸ ਨੂੰ ਬਣਾਉਣ ਲੱਗਿਆ ਹੋਇਆ ਇਹੋ ਜਿਹਾ ਕੁਝ? ਨਹੀਂ, ਬਿਲਕੁਲ ਨਹੀਂ। ਇਹ ਜਿਹੜੀ ਸਾਡੀ ਆਪਸ 'ਚ ਅੰਡਰਸਟੈਂਡਿੰਗ ਹੈ, ਇੱਕ ਬਿਲੀਫ ਹੁੰਦਾ, ਵਿਸ਼ਵਾਸ ਹੁੰਦਾ। ਇਹਨਾਂ ਨੂੰ ਮੇਰੇ ਤੇ ਵਿਸ਼ਵਾਸ ਸੀਗਾ ਤੇ ਮੈਨੂੰ ਇਹਨਾਂ ਦਾ ਵਿਸ਼ਵਾਸ ਸੀਗਾ ਕਿ ਜੋ ਵੀ ਹੈ ਜੋ ਵੀ ਕਰਾਂਗੇ ਆਪਾਂ ਉਹ ਅਲਟੀਮੇਟ ਰਿਜ਼ਲਟ ਡੈਫੀਨੇਟਲੀ ਸੁਪਨਾ ਜਿਹੜਾ ਦੇਖਿਆ ਸੀਗਾ ਉਹ ਇੱਥੇ ਪੂਰਾ ਹੋਊਗਾ ਔਰ ਉਹ ਹੋਇਆ। ਸਰ ਕੀ ਮੁਸ਼ਕਲਾਂ ਆਈਆਂ ਇਹ ਪ੍ਰੋਡਿਊਸ ਕਰਨ ਲੱਗਿਆਂ ਬਣਾਉਣ ਲੱਗਿਆਂ? ਦੇਖੋ, ਕੋਈ ਵੀ ਫਿਲਮ ਪੰਜਾਬੀ ਦੀ ਬਣਾਉਣ ਲਈ ਸਭ ਤੋਂ ਔਖਿਆਈ ਤੇ ਹੁੰਦੀ ਹੈ ਇਹਨੂੰ ਦੇਖੇਗਾ ਕੌਣ। ਪੰਜਾਬੀਆਂ ਨੂੰ ਸ਼ਾਇਦ ਪੰਜਾਬੀ ਸਿਨੇਮਾ ਵੇਖਣ ਤੇ ਸ਼ਰਮ ਆਉਂਦੀ ਹੈ, ਉਹ ਹਿੰਦੀ ਫਿਲਮ ਅੰਗਰੇਜ਼ੀ ਫਿਲਮ ਤਾਂ ਆਪਣੀ ਗੱਡੀਆਂ ਕੱਟ ਕੱਟ ਕੇ ਤੇ ਫੈਮਿਲੀ ਨਾਲ ਲੈ ਕੇ ਜਾਂਦੇ ਆ, ਪੰਜਾਬੀ ਫਿਲਮ ਦੇਖਣ ਨਹੀਂ ਜਾਂਦੇ। ਸਾਡੀ ਤੇ ਇਹੀ ਮੁਸ਼ਕਿਲ ਰਹਿੰਦੀ ਹੈ, ਸਾਡੀ ਅੱਜ ਅਪੀਲ ਵੀ ਹੈ ਪੰਜਾਬੀ ਫਿਲਮ ਪੰਜਾਬੀ ਹੋ ਨਾ ਜੇ ਤੁਸੀਂ ਤੇ ਪੰਜਾਬੀ ਫਿਲਮ ਜ਼ਰੂਰ ਦੇਖੋ, ਪੰਜਾਬੀ ਸਿਨੇਮਾ ਨੂੰ ਹੱਲਾਸ਼ੇਰੀ ਦਿਓਗੇ ਭਾਵੇਂ ਚੰਗਾ ਹੈ ਮਾੜਾ ਹੈ ਇਹ ਚੰਗਾ ਕੰਮ ਕਰੂਗਾ। ਉਸ ਸਮਾਂ ਵੀ ਸੀ ਜਦੋਂ ਚੰਨ ਪਰਦੇਸੀ ਵੀ ਬਣਦੀ ਸੀ, ਜਦੋਂ ਬਾਲੀਵੁੱਡ ਦੇ ਸਾਰੇ ਕਲਾਕਾਰ ਪੰਜਾਬੀ ਸਿਨੇਮਾ 'ਚ ਵੀ ਕੰਮ ਕਰਦੇ ਸੀ, ਉਹ ਦੌਰ ਫੇਰ ਵਾਪਸ ਆਊਗਾ ਜੇ ਪੰਜਾਬ ਦੀ ਆਡੀਅੰਸ ਪੰਜਾਬ ਦੇ ਸਿਨੇਮਾ ਘਰਾਂ 'ਚ ਪੰਜਾਬੀ ਫਿਲਮਾਂ ਦੇਖਣ ਜਾਊਗੀ।
ਸਰ ਪੰਜਾਬੀ ਸਿਨੇਮਾ ਅੱਗੇ ਹੈਗੇ ਨੇ ਇਹੋ ਜਿਹੇ ਔਕੜਾਂ ਇਹੋ ਜਿਹੀਆਂ ਦਿੱਕਤਾਂ ਦਰਪੇਸ਼ ਆ ਰਹੀਆਂ ਨੇ? ਨਹੀਂ, ਮੇਨ ਤਾਂ ਹੁੰਦੀ ਹੈ ਸਬਜੈਕਟ ਕਹਾਣੀਆਂ, ਉਹ ਵੱਧ ਤੋਂ ਵੱਧ ਕਹਾਣੀਆਂ ਜਿਹੜੀਆਂ ਸਾਡੇ ਇੰਨੇ ਕਲਾਸਿਕ ਨੋਵਲਸ ਨੇ, ਹੈ ਨਾ, ਸਟੋਰੀਜ਼ ਸਬਜੈਕਟ ਹੈਗੇ ਹੈ ਜਿਹੜੇ ਕਿ ਹਾਲੇ ਅਨਟੈਪਡ ਨੇ, ਉਹਨਾਂ 'ਤੇ ਕੰਮ ਹੋਣਾ ਬਹੁਤ ਜ਼ਰੂਰੀ ਹੈਗਾ। ਐਸੀ ਗੱਲ ਨਹੀਂ, ਕੰਮ ਹੋ ਵੀ ਰਿਹਾ ਹੈਗਾ, ਲੇਕਿਨ ਜਿਹੜਾ ਜਿਸ ਪੱਧਰ 'ਤੇ ਕੰਮ ਹੋਣਾ ਚਾਹੀਦਾ, ਜਿਸ ਤਰੀਕੇ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਇੱਧਰ ਦੇ ਸਬਜੈਕਟ 'ਤੇ ਕੰਮ ਕਰਨਾ ਚਾਹੀਦਾ ਹੈਗਾ ਔਰ ਫਿਲਮਾਂ ਲੈ ਕੇ ਆਉਣੀ ਚਾਹੀਦੀਆਂ ਹੈਗੀਆਂ, ਉਹ ਹਾਲੇ ਥੋੜ੍ਹੀ ਘਾਟ ਹੈ। ਇੱਕੋ ਹੀ ਤਰ੍ਹਾਂ ਦੇ ਸਿਨੇਮੇ ਦੇ ਵੱਲ ਸ਼ਾਇਦ ਜਿਹੜਾ ਰੁਝਾਨ ਹੈਗਾ, ਉਹ ਬੈਰੀਅਰ ਜਿਹੜਾ ਹੈਗਾ ਉਹਨੂੰ ਬ੍ਰੇਕ ਕਰਨ ਦੀ ਲੋੜ ਹੈਗੀ ਆ, ਉਹ ਤੋਂ ਬਾਹਰ ਆਉਣ ਦੀ ਲੋੜ ਹੈਗੀ। ਚੰਗੇ ਰਾਈਟਰ, ਸਕ੍ਰਿਪਟ ਰਾਈਟਰ, ਇਹਨਾਂ ਦੀ ਕਮੀ ਹੈ ਆਪਣੀ ਇੰਡਸਟਰੀ 'ਚ? ਨਹੀਂ, ਰਾਈਟਰ ਹੈਗੇ ਹੈ, ਐਸੀ ਗੱਲ ਨਹੀਂ ਹੈ, ਰਾਈਟਰ ਅੱਛੇ ਹੈਗੇ ਹੈ ਔਰ ਬਹੁਤ ਸਾਰੇ ਰਾਈਟਰ ਜਿਹੜੇ ਇੱਥੋਂ ਜਿਹੜੇ ਹੈਗੇ ਉਹ ਬੰਬੇ ਚਲੇ ਜਾਂਦੇ ਹੈਗੇ ਆ, ਕਿਉਂਕਿ ਬੰਬੇ ਅਲਟੀਮੇਟਲੀ ਤਾਂ ਮੁੰਬਈ ਦਾ ਗੜ੍ਹ ਸਿਨੇਮਾ ਦਾ ਹੈ ਹੀ ਹੈ, ਲੇਕਿਨ ਇੱਥੇ ਹੈਗੇ ਹੈ। ਬਟ ਹਾਲੇ ਹੋਰ ਯੰਗ ਮੁੰਡੇ ਜਿਹੜੇ ਹੈਗੇ ਹੈ, ਇੱਕ ਜਿਹੜੀ ਮੈਂ ਇੱਕ ਹੋਰ ਗੱਲ ਕਰਦਾ ਹੁੰਦਾ ਕਿ ਬਹੁਤ ਜਲਦੀ ਆਪਾਂ ਕਹਿ ਦਿੰਦੇ ਹਾਂ ਯਾਰ ਇਹ ਤਾਂ ਓਲਡ ਸਕੂਲ ਹੈ, ਇਹ ਤਾਂ ਓਲਡ ਸਿਨੇਮਾ ਹੈਗਾ, ਇਹ ਤਾਂ ਹੁਣ ਕਿੱਥੇ ਚੱਲਦਾ ਹੈਗਾ, ਲੇਕਿਨ ਜੇ ਓਲਡ ਸਿਨੇਮਾ ਔਰ ਉਹਦੇ ਨਾਲ ਨਵਾਂ ਜਿਹੜਾ ਹੁਣ ਦਾ ਯੰਗ ਜਿਹੜਾ ਟੈਲੈਂਟ ਹੈਗਾ, ਯੰਗ ਮੇਕਰਸ ਹੈਗੇ ਹੈ, ਉਹ ਬਲੈਂਡ ਕਰਕੇ ਜੇ ਕੁਛ ਬਣੇ ਨਾ, ਤਾਂ ਉਹ ਜਿਹੜਾ ਉਹਦਾ ਕਮਾਲ ਜਿਹੜਾ ਹੈਗਾ ਉਹ ਵਾਕਈ ਵੱਖਰਾ ਹੀ ਹੋਏਗਾ, ਵਿਚ ਇਜ਼ ਮਿਸਿੰਗ। ਪੰਜਾਬੀ ਸਿਨੇਮਾ ਦੇ ਵਿੱਚ ਲੋੜ ਹੈਗੀ ਹੈ, ਜਿੱਦਾਂ ਬਾਕੀ ਸਾਊਥ ਦੀਆਂ ਫਿਲਮਾਂ ਨੇ, ਹੋਰ ਫਿਲਮਾਂ ਨੇ, ਉਹ ਨੈਸ਼ਨਲ ਪੱਧਰ ਦੇ ਉੱਤੇ ਜਾਂਦੀਆਂ ਨੇ ਤਾਂ ਉਹਨਾਂ ਨੂੰ ਹੁੰਗਾਰਾ ਮਿਲਦਾ ਹੈਗਾ ਔਰ ਉਹਨਾਂ ਨੂੰ ਇਸ ਤਰੀਕੇ ਦਾ ਸਨਮਾਨ ਮਿਲਦੇ ਹੈਗੇ ਹੈ। ਪੰਜਾਬੀ ਸਿਨੇਮਾ ਨੂੰ ਹਾਲੇ ਥੋੜ੍ਹਾ ਜਿਹਾ ਹੋਰ ਕੰਮ ਕਰਨ ਦੀ ਲੋੜ ਹੈਗੀ ਹੈ ਔਰ ਬੰਦਿਆਂ ਨੂੰ ਅੱਛੇ ਜਿਹੜੇ ਮੇਕਰਸ ਨੇ ਜਿਹੜੇ ਬਜਟ ਥੋੜ੍ਹਾ ਬਹੁਤ ਖਰਚਾ ਵੀ ਕਰ ਸਕਣ, ਹਾਲਾਂਕਿ ਉਨਾ ਖਰਚਾ ਤਾਂ ਇਹਨਾਂ ਫਿਲਮਾਂ 'ਚ ਇੱਦਾਂ ਦੀ ਫਿਲਮਾਂ 'ਚ ਹੁੰਦਾ ਨਹੀਂ ਜਿੱਦਾਂ ਦੀ ਫਿਲਮ ਅਸੀਂ ਬਣਾਈ ਹੈਗੀ ਹੈ। ਬਟ ਸਟਿਲ ਜੇ ਉਹ ਖਰਚਾ ਕਰਨ, ਜੇ ਥੋੜ੍ਹਾ ਜਿਹਾ ਅੱਗੇ ਆਉਣ, ਥੋੜ੍ਹਾ ਜਿਹਾ ਆਪਣਾ ਹੁੰਗਾਰਾ ਦੇਣ ਔਰ ਹੱਲਾਸ਼ੇਰੀ ਬਾਕੀਆਂ ਨੂੰ ਵੀ ਦੇਣ ਹੁਣ ਨਵੇਂ ਟੈਲੈਂਟ ਨੂੰ, ਤਾਂ ਡੈਫੀਨੇਟਲੀ ਇੱਕ ਅੱਛਾ ਪਾਪੂਲਰ ਜਿਹੜਾ ਕਮਰਸ਼ੀਅਲ ਸਿਨੇਮੇ ਦੇ ਨਾਲ ਨਾਲ ਇੱਕ ਅੱਛਾ ਸੈਂਸੀਬਲ ਸਿਨੇਮਾ ਜਿਹੜਾ ਹੈਗਾ ਜਿਹੜੀ ਦੀ ਲੋੜ ਹੈਗੀ ਪੰਜਾਬੀ ਸਿਨੇਮੇ ਦੇ ਵਿੱਚ, ਉਹ ਅੱਗੇ ਆਏਗਾ। ਸਰ ਸਹਿਮਤ ਹੋ, ਟੈਕਨੋਲੋਜੀ ਤੇ ਟੈਲੈਂਟ ਦੋਵਾਂ ਨੂੰ ਅੱਗੇ ਜ਼ਿਆਦਾ ਲਿਆਉਣ ਦੀ ਲੋੜ ਹੈ? ਬਿਲਕੁਲ ਹੈ, ਨਾਲੇ ਉਹ ਨਾਲ ਇਹ ਵੀ ਖਿਆਲ ਰੱਖਣਾ ਹੈ ਕਿ ਪੰਜਾਬ ਦੀ ਮਿੱਟੀ ਦੀ ਖੁਸ਼ਬੂ, ਪੰਜਾਬ ਦੀ ਰੂਹ ਫਿਲਮਾਂ ਵਿੱਚ ਜਿਉਂਦੀ ਰਹੇ। ਉਹ ਛੱਡ ਜਾਂਦੇ ਆਪਾਂ ਤੇ ਲੋਕ ਸਿਨੇਮਾ ਵੇਖਣਾ ਛੱਡ ਦਿੰਦੇ, ਉਹ ਰਹਿਣੀ ਚਾਹੀਦੀ। ਸਰਬਸ਼੍ਰੇਸ਼ਠ ਪੰਜਾਬੀ ਫਿਲਮ ਬਾਗੀ ਦੀ ਧੀ ਕਥਾਨਕ ਨੇ ਮੇਰਾ ਧਿਆਨ ਆਕਰਸ਼ਿਤ ਕੀਆ। ਇੱਕ ਸਵਾਧੀਨਤਾ ਸੈਨਾਨੀ ਕੀ ਬਹਾਦੁਰ ਬੇਟੀ ਬ੍ਰਿਟਿਸ਼ ਹਕੂਮਤ ਕਾ ਵਿਰੋਧ ਕਰਤੇ ਹੋਏ ਆਪਣੇ ਜੀਵਨ ਕਾ ਬਦਲਾਵ ਬਲੀਦਾਨ ਕਰ ਦਿਆ ਹੈ। ਦੇਸ਼ ਪ੍ਰੇਮ ਕੇ ਆਦਰਸ਼ੋ ਕੋ ਜੀਵੰਤ ਬਣਾਏ ਰੱਖਣੇ ਮੈਂ ਹਮਾਰੇ ਫਿਲਮੋ ਨੇ ਸਰਾਹਨੀਯ ਯੋਗਦਾਨ ਦਿਆ ਹੈ। ਰਾਸ਼ਟਰ ਕੇ ਸਾਥ ਭਾਵਨਾ ਕੇ ਸਤਰ ਪਰ ਲਗਾਵ ਹੋਣੇ ਸੇ ਕੋਈ ਵੀ ਵਿਅਕਤੀ ਆਪਣੇ ਕਰਤਵਯ ਕੋ ਨਿਭਾਨੇ ਮੈਂ ਤਥਾ ਰਾਸ਼ਟਰ ਨਿਰਮਾਣ ਮੈਂ ਅਧਿਕ ਉਤਸਾਹ ਕੇ ਸਾਥ ਆਪਣਾ ਯੋਗਦਾਨ ਕਰੇਗਾ। ਬਾਗੀ ਦੀ ਧੀ ਨੂੰ ਅੱਜ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕੈਮਰਾਮੈਨ ਰਾਮ ਦੇ ਨਾਲ ਹਰਪ੍ਰੀਤ ਸਿੰਘ, PDC News, ਦਿੱਲੀ।